ਆ ਬੰਦਾ ਨਾ ਜਿਹੜਾ ਗੰਨੇ ਲੈ ਕੇ ਜਾ ਰਿਹਾ ਮਸਾਂ 10 ਕਿਲੋਮੀਟਰ ਤੁਰਦਾ ਤੇ 10 ਕਿਲੋਮੀਟਰ ਤੋਰ ਕੇ ਇਹਨੂੰ ਰੋਕ ਲੈਂਦਾ ਹਨਾ ਤੇ ਉਮਰ ਵੀ ਮੈਨੂੰ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਜੀ ਤੇ ਰਹਿ ਤੋਂ ਜਾਂਦਾ ਨਹੀਂ ਤੇ ਪੁੱਛਦੇ ਆ ਬਾਪੂ ਨੂੰ ਕੀ ਪ੍ਰੋਬਲਮ ਹੈ ਕਿਉਂ ਕਰਨਾ ਪੈ ਰਿਹਾ ਕੰਮ ਬਜ਼ੁਰਗ ਕਿੱਧਰ ਚੱਲੇ ਹੋ ਕਿੱਧਰ ਚੱਲੇ ਹੋ ਅੱਛਾ ਕਿੱਥੋਂ ਲੈ ਕੇ ਆਏ ਹੋ ਕਿੱਥੋਂ ਲੈ ਕੇ ਆਏ ਹੋ ਆਪਦੇ ਲਿਆ ਵੱਢ ਤੇ ਕਿੰਨੀ ਉਮਰ ਆ ਤੁਹਾਡੀ ਮੇਰੀ 84 ਸਾਲ ਦੀ ਹੈ 84 ਸਾਲ ਹਾਂ ਇਹ ਗੰਨੇ ਆਪਦੇ ਲਾਏ ਹੋਏ ਨੇ ਤੁਸੀਂ ਹਾਂ ਤੁਹਾਡੇ ਦਾ ਕੱਢਿਆ ਹੋਇਆ ਸੀ ਬਾੜੀ ਚ ਅੱਛਾ ਹਾਂ ਕਿਹੜੀ ਜਗ੍ਹਾ ਤੋਂ ਕੋਈ ਸਾਹਿਬ ਤੋਂ ਬੰਦੇ ਭੇਜਣ ਮੂਹਰੇ ਨਾ ਤੁਸੀਂ ਕਿੱਥੇ ਘਲਾਣ ਵਾਲਾ ਕਿੱਥੇ ਜੇ ਉਰੇ ਅੱਛਾ ਨਹੀਂ ਇਹ ਫਿਰ ਕਿੰਨੇ ਰੁਪਏ ਦੇ ਦਿੰਦੇ ਨੇ ਕੋਈ ਆਈਡੀਆ ਕੋਈ ਹਿਸਾਬ ਕਿਤਾਬ ਜਾ ਵੀ ਕਿੰਨੇ ਕੁ ਰੁਪਏ ਦੇ ਦਿੰਦੇ ਨੇ ਇਹ 2 ਕੁਇੰਟਲ ਹੋਊ ਅੱਛਾ ਇੰਨੀ ਦੂਰੋਂ ਰੋੜ ਕੇ ਲੈ ਕੇ ਆਏ ਕੋਈ ਸਾਹਿਬ ਤੋਂ ਹਾਂਜੀ ਕਦੋਂ ਦੇ ਚੱਲੇ ਹੋਏ ਉੱਥੋਂ ਕਦੋਂ ਦੇ ਚੱਲੇ ਹੋਏ ਹੋ ਘਰੋਂ 6 ਵਜੇ 6 ਵਜੇ ਤੋਂ ਚੱਲੇ 10 ਵਜੇ ਮਤਲਬ 2 ਕਿਲੋਮੀਟਰ ਹੀ ਹੈ ਨਾ ਇੱਥੋਂ ਹਾਂਜੀ ਪੁਲ ਕਿਵੇਂ ਚੜੇ ਮੋਟਰਸਾਈਕਲ ਸੀ ਕੋਈ ਹੋਰ ਚੜਾ ਗਿਆ ਕੇ ਜਾਣਦੇ ਸੀ ਉਹਨੂੰ ਹਾਂਜੀ ਪਿੰਡ ਦਾ ਸੀ ਅੱਛਾ ਕੀ ਚਾਹੀਦਾ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਨਾ ਜੀ ਹੈ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਨਾਮ ਕੀ ਹੈ ਨਾਮ ਕਰਨੈਲ ਸਿੰਘ ਕਰਨੈਲ ਸਿੰਘ ਭਤੀਜਾ ਵੀ ਕੰਮ ਕਰਦਾ ਹੈ ਮਾਲ ਚ ਨੇ ਜੀ ਅੱਛਾ ਫਿਰ ਤੁਹਾਨੂੰ ਕੰਮ ਕਰਨਾ ਕਿਉਂ ਪੈਂਦਾ ਹੈ ਫਿਰ ਤੁਸੀਂ ਦੋਏ ਚੀਜ਼ ਕੰਮ ਕਰਦੇ ਨੇ ਫਿਰ ਤੁਹਾਨੂੰ ਕਿਉਂ ਕੰਮ ਕਰਨਾ ਪੈਂਦਾ ਮੈਂ ਤਾਂ ਜੀ ਦਿੱਲੀ ਜਾਣਾ ਸੀ ਹੁਣ ਮੈਂ ਪੈਸੇ ਬਣਾ ਲਾਂ ਗੰਨੇ ਦੇ ਦਿੱਲੀ ਕਿਵੇਂ ਅੰਦੋਲਨ ਚ ਜੀ ਅੰਦੋਲਨ ਚ ਜਾਣਾ ਹਾਂ ਜੀ ਕਿਆ ਬਾਪੂ ਪਹਿਲਾਂ ਜਾ ਕੇ ਆਇਆ ਉੱਥੇ ਮੈਂ 14 ਮਹੀਨੇ ਲਾ ਕੇ ਆਇਆ ਦਿੱਲੀ ਅੰਦੋਲਨ ਚ ਹਾਂ ਕਿਆ ਜਜ਼ਬਾ ਬਾਪੂ ਤੇਰਾ ਯਾਰ ਕਮਾਲ ਦੀ ਪਹਿਲਾਂ 4 ਮਹੀਨੇ ਕਾਲੇ ਝਾੜ 9 ਮਹੀਨੇ ਉੱਥੇ ਅੱਛਾ ਦਿੱਲੀ ਜਾਣਾ ਫਿਰ ਹੁਣ ਪੈਸੇ ਜੋੜ ਕੇ ਕੀ ਕਰੇਗਾ ਫਿਰ ਪੈਸੇ ਜੋੜ ਕੇ ਕੀ ਕਰੇਗਾ ਚਾਹ ਪਾਣੀ ਦੀ ਕੋਈ ਚੀਜ਼ ਲੈਣੀ ਨਹੀਂ ਆਪਦੇ ਵਾਸਤੇ ਕਿ ਦਿੱਲੀ ਧਰਨੇ ਵਾਸਤੇ ਨਾ ਜੀ ਆਪਦੇ ਵਾਸਤੇ ਆਪਦੇ ਚੱਲ ਤੂੰ ਨਾ ਥੋੜੀ ਜਿਹੀ ਆ ਲੈ ਲੈ ਮੈਥੋਂ ਕੋਈ ਨੀ ਤੇ ਜੇ ਲੋੜ ਹੋਈ ਨਾ ਕਦੇ ਤੈਨੂੰ 500 ਰੁਪਏ ਰੱਖ ਲੈ ਆਪਦੇ ਕੋਲ ਜੇ ਤੈਨੂੰ ਕਦੇ ਲੋੜ ਹੋਈ ਨਾ ਜੇਬ ਚ ਪਾ ਲਾ ਪਹਿਲਾਂ ਅੱਛਾ ਜੀ ਇੱਥੇ ਪੁਲਿਸ ਚ ਸੀ ਕਿੱਥੇ SSP ਦਫ਼ਤਰ ਬਣਿਆ ਹੋਇਆ ਜਿਹੜਾ ਅੱਛਾ ਜੀ ਇੱਥੇ ਆ ਕੇ ਪੁੱਛ ਲਈ ਕਦੇ ਗਗਨਦੀਪ ਹੈ ਮੇਰਾ ਨਾਮ ਜੇ ਕਦੇ ਲੋੜ ਪਈ ਕਿ ਜਿਹੜੇ ਮੁੰਡੇ ਸੇਵਾ ਕਰਦੇ ਨੇ ਉਹਨਾਂ ਨੂੰ ਮਿਲਣਾ ਅੱਛਾ ਜੀ ਹਾਂ ਮੇਰੇ ਕੋਲੇ ਜਦੋਂ ਮਰਜ਼ੀ ਆ ਜੀ ਆ ਰੱਖ ਲਈ ਆਪਦੇ ਕੋਲੇ ਲੈ ਲਈ ਸਮਾਨ ਕੋਈ ਨੀ ਬਾਪੂ ਕੋਈ ਨੀ ਧਿਆਨ ਨਾਲ ਜਾਈ ਬਹੁਤ ਭਾਰ ਹੈ ਤੇਰੇ ਕੋਲ ਮੈਂ ਤੈਨੂੰ ਦੇਖੀ ਜਾਂਦਾ ਕਾਫੀ ਟਾਈਮ ਦਾ ਵੈਸੇ ਮੈਂ ਤੇਰੀ ਇੱਕ ਗੱਲ ਹੋਰ ਇਹ ਧਰਨੇ ਤੇ ਬੈਠੇ ਨੇ ਕਿਸਾਨ ਉਹਨਾਂ ਵਾਸਤੇ ਜਜ਼ਬੇ ਵਾਲੇ ਨੇ ਪੂਰੇ ਉਹ ਹੌਸਲੇ ਵਾਲੇ ਨੇ ਹਾਂਜੀ ਗ੍ਰਾਹਾਂ ਜਿਹੜੇ ਗ੍ਰਾਹਾਂ ਗਰੁੱਪ ਆ ਨਹੀਂ ਹੌਸਲਾ ਹੈਗਾ ਪੂਰਾ ਉਹਨਾਂ ਚ ਹਾਂਜੀ ਤੁਹਾਡੇ ਚ ਪੂਰਾ ਹੌਸਲਾ ਮੂਹਰੇ ਜਾਂਦੇ ਆ ਬਸ ਠੀਕ ਆ ਬਾਪੂ ਮੂਹਰੇ ਜਾਂਦੇ ਆ ਜੀ ਮੂਹਰੇ ਚੱਲ ਤੂੰ ਆ ਪੈਸੇ ਵਰਤ ਲਈ ਠੀਕ ਆ ਤੇਰੇ ਕੰਮ ਆ ਜਾਣਗੇ ਤੇ ਚੱਲ ਤੂੰ ਵੇਚਿਆ ਕੋਈ ਨੀ ਠੀਕ ਆ ਬਾਪੂ ਹੋਰ ਕੋਈ ਗੱਲਬਾਤ ਮੈਂ ਠੀਕ ਬਾਕੀ ਕੋਈ ਨੀ ਬਾਪੂ ਠੀਕ ਆ ਜਿੰਦਾ ਦਿਲੀ ਆ ਲੱਗਿਆ ਰਹਿ ਪਾਣੀ ਮੈਂ ਪਾਣੀ ਆ ਲੈ ਜਾ ਪਾਣੀ ਆਪੋ ਆਪ ਉੱਥੇ ਲੈ ਜਾ ਇਹ ਰੱਖ ਲੈ ਇਹਦੇ ਵਿੱਚ ਰੱਖ ਲੈ ਠੀਕ ਹੈ ਚੰਗਾ ਬਾਪੂ ਓਕੇ ਬੇਫਿਕਰ ਓਕੇ ਬਾਪੂ ਧਿਆਨ ਰੱਖੀ ਆਪਦਾ ਠੀਕ ਹੈ ਇਹ ਹੁੰਦੀ ਆ ਜਿੰਦਾ ਦਿਲੀ ਬੰਦਾ 14 ਮਹੀਨੇ ਸੋਰੀ ਪਹਿਲਾਂ ਵੀ ਕਿੰਨਾ ਟਾਈਮ ਲਾ ਕੇ ਆਇਆ ਧਰਨੇ ਚ ਕਹਿੰਦਾ ਮੈਂ ਹੁਣ ਕੁਛ ਪੈਸੇ ਕਮਾ ਕੇ ਘਰੇ ਦੇ ਕੇ ਤੇ ਫਿਰ ਮੈਂ ਧਰਨੇ ਚ ਜਾਣਾ ਵਾਪਸ ਦੇਖੋ ਯਾਰ 84 ਸਾਲ ਕਹਿ ਦੇਣੀ ਗੱਲ ਹੁੰਦੀ ਆ ਇੱਥੇ ਆਪਾਂ 18-18 ਸਾਲ ਵਾਲੇ ਨੀ ਕੰਮ ਕਰਦੇ ਕਿਵੇਂ ਤੁਸੀਂ ਦੇਖਿਆ ਹੀ ਹੈ ਨਾ ਕਿਵੇਂ ਰੇੜੀ ਵਿੱਚ ਕੇ ਲਿਆ ਰਿਹਾ ਸੀ